ਗੁਰ ਸ਼ਬਦ ਮਨ ਮਾਨਿਆ ਅਪਤੀਜ ਪਤੀਣਾ ਗੁਰ ਨਾਨਕ ਸੱਚ ਨੀਵ ਸਾਜ ਸਤਿਗੁਰ ਸੰਗ ਲੀਣਾ ਗੁਰ ਅਰਜਨ ਘਰ ਗੁਰ ਰਾਮਦਾਸ ਅਪਰੰਪਰ ਬੀਣਾ ਗੁਰ ਅਰਜਨ ਘਰ ਗੁਰ ਰਾਮਦਾਸ ਅਪਰੰਪਰ ਬੀਣਾ ਸੁਕਾਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਆ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਆ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਬਸ਼ਾਹ ਜਿਸ ਪਾਸ ਬਹਿਆ ਸੋਹੀਆ ਸਭਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਘਰ ਪਹਿਲਾ ਆਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਜਗ ਜਿਨਹੇ ਉਪਾਇਆ ਭਾਈ ਕਰਨ ਕਾਰਣ ਸਮਰੱਥ ਜੀਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵੱਥ ਸਭ ਜਗ ਜਿਨਹੇ ਉਪਾਇਆ ਭਾਈ ਕਰਨ ਕਾਰਣ ਸਮਰੱਥ ਜੀਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵੱਥ ਕਿਨ ਕਹੀਐ ਕਿਉਂ ਦੇਖੀਐ ਭਾਈ ਕਰਤਾ ਏਕ ਅਕਥ ਗੁਰ ਗੋਬਿੰਦ ਸਲਾਹੀਐ ਭਾਈ ਜਿਸ ਤੇ ਜਾਪੈ ਤਥ ਮੇਰੇ ਮਨ ਜਪੀਐ ਹਰ ਭਗਵੰਤਾ ਨਾਮ ਦਾਨ
दे जान अपने दुख दर्द का हंता मेरे माना जपिया हर भगवंता नाम दान दे जाने अपने दुख दर्द का हंता रहाओ वाहेगुरु जी का खालसा वाहेगुरु जी की फतेह। परम सम्मान योग गुरु की साजी नवाजी गुरु रूप गुरु खालसा सतसंग जी आप धनता दे योग हो हर रोज दी तरह सचखंड श्री हरिमंदर साहब जी तो प्राप्त होए श्री मुख वाक दी कथा विचार सांझी करन वास्ते गुरुद्वारा मंजी साहेब दीवान हाल श्री अमृतसर साहब जी विखे तथा देश विदेश घरां दे अंदर सतगुरां दी पावन पवित्र हाजरी विच जुड़ बैठे हो दीन दुनिया दे मालक जगत जलंदे दे रखियक ज्ञान दे महान सागर साहिब श्री गुरु ग्रंथ साहिब सच्चे पातशाह जी ने अमृत वेले सचखंड श्री हरिमंदर साहब जी विखे प्रकाशमान हो के अज दा ए पावन श्री मुख वाक साहिब श्री गुरु अर्जन देव सच्चे पातशाह जी दी पावन रसना द्वारा आपां नूं बख्शिश कीता है। साहिब श्री गुरु अर्जन देव सच्चे पातशाह जी ने इस पावन हुक्म दे अंदर सानूं उस अकाल पुरख वाहिगुरु परमेश्वर दे नाम जपण दी तागीद कीती है कि उस मालक दे नाम नाल जुड़िए सिमरन करिए ते फिर ए जीव 84 दे गेड़ विच नहीं आउंदा। धन गुरु अर्जन साहब सच्चे पातशाह जी ने सुखमनी साहब जी दी पहली अष्टपदी दे अंदर सिमरन दे बारे बहुत विस्थार दे नाल दर्शाया है। के सिमरन करन दे नाल
ਜੀਵਾਂ ਦੇ ਸਾਰੇ ਦੁੱਖ ਕਲੇਸ਼ ਮਿਟ ਜਾਂਦੇ ਨੇ। ਰਿਧੀਆਂ ਸਿੱਧੀਆਂ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ। ਔਰ ਸੱਚੇ ਪਾਤਸ਼ਾਹ ਜੀ ਨੇ ਸਿਮਰਨ ਦੀ ਯੁਗਤੀ ਵੀ ਗੁਰਬਾਣੀ ਵਿੱਚ ਸਾਨੂੰ ਦਰਸਾਈ ਹੈ। ਮਨ ਕਰਕੇ, ਸਰੀਰ ਕਰਕੇ ਤੇ ਬਾਣੀ ਕਰਕੇ ਉਸ ਵਾਹਿਗੁਰੂ ਨੂੰ ਚੇਤੇ ਕਰਨਾ, ਔਰ ਰਸਨਾ ਤੋਂ ਬੋਲ ਕੇ ਸਿਮਰਨ ਕਰਨਾ ਤੇ ਕੰਨਾਂ ਦੇ ਨਾਲ ਸੁਣਨਾ, ਕੰਨਾਂ ਦੇ ਨਾਲ ਸੁਣ ਸੁਣ ਕੇ ਜੀਵ ਕਈ ਵਾਰ ਸਰੂਪ ਨੂੰ ਪ੍ਰਾਪਤ ਕਰ ਲੈਂਦਾ ਹੈ। ਇਸੇ ਕਰਕੇ ਹਜ਼ੂਰ ਨੇ ਦਰਸਾਇਆ ਹੈ ਕਿ ਉਸ ਵਾਹਿਗੁਰੂ ਦੇ ਸਿਮਰਨ ਵਿੱਚ ਬੇਅੰਤ ਬਰਕਤਾਂ ਹਨ, ਉਹ ਸਰਬ ਕਲਾ ਸਮਰੱਥ ਹੈ, ਜੋ ਚਾਹੇ ਕਰ ਸਕਦਾ ਹੈ। ਸਾਰੀਆਂ ਸ਼ਕਤੀਆਂ, ਅਗੰਮੀ ਤਾਕਤਾਂ ਉਹਦੇ ਅਧੀਨ ਹਨ। ਤੇ ਜੋ ਜੀਵ ਉਸ ਪਰਮੇਸ਼ਰ ਨਾਲ ਜੁੜਦਾ ਹੈ, ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਉਹਦੇ ਵੀ ਸਾਰੇ ਉਹ ਕਾਰਜ ਸਵਾਰ ਦਿੰਦਾ ਹੈ। ਤੋ ਇਸ ਪਾਵਨ ਸ਼ਬਦ ਦੇ 9 ਬੰਧ ਹਨ। ਅਸ਼ਟਪਦੀਆਂ ਦੇ ਰੂਪ ਵਿੱਚ ਸਤਿਗੁਰੂ ਜੀ ਨੇ ਇਹ ਅੱਜ ਦਾ ਪਾਵਨ ਸ੍ਰੀ ਮੁੱਖ ਵਾਕ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਸ੍ਰੀ ਮੁੱਖ ਵਾਕ ਦੀ ਵਿਚਾਰ ਸਾਂਝੀ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾ, ਘਰ ਪਹਿਲਾ ਅਸ਼ਟਪਦੀਆ। ਸਤਸੰਗ ਜੀ, ਰਾਗ ਸੋਰਠ ਵਿੱਚ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ, ਜਿਸ ਦਾ ਗਾਇਨ ਕਰਨ ਦਾ ਹੁਕਮ ਸਾਨੂੰ ਪਹਿਲੇ ਘਰ ਸੁਰਤਾਲ ਵਿੱਚ ਹੈ। ਇਸ ਸ਼ਬਦ ਦਾ ਪਹਿਲੇ ਘਰ ਸੁਰਤਾਲ ਵਿੱਚ ਸਤਿਗੁਰਾਂ ਨੇ ਗਾਇਨ ਕੀਤਾ। ਅਸ਼ਟਪਦੀਆਂ ਇਹ ਬਹੁ ਵਚਨ ਹੈ। ਅਸ਼ਟਪਦੀ ਤੇ ਅਸ਼ਟਪਦੀਆਂ, ਅਸ਼ਟਪਦੀ 8 ਪਦਿਆਂ ਦੀ ਹੁੰਦੀ ਹੈ ਤੇ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਸ਼ਬਦ 9 ਪਦਿਆਂ ਦਾ ਉਚਾਰਨ ਕੀਤਾ ਹੈ। ਬਹੁ ਵਚਨ ਹੈ ਅਸ਼ਟਪਦੀਆਂ ਦੇ ਰੂਪ ਵਿੱਚ।
ਔਰ ਇਸ ਇੱਕ ਇੱਕ ਬੰਦ ਦੀਆਂ ਚਾਰ ਚਾਰ ਪੰਗਤੀਆਂ ਹਨ ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ 639 ਅਤੇ 40 ਅੰਗ ਤੇ ਸੁਭਾਏਮਾਨ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੱਚੇ ਪਾਤਸ਼ਾਹ ਜੀ ਕਹਿੰਦੇ ਪਰਮਾਤਮਾ ਇੱਕ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤ ਚੇਤਨ ਆਨੰਦ ਸਰੂਪ ਹੈ, ਅਥਵਾ ਸਤਿਗੁਰੂ ਦੀ ਪ੍ਰਸਾਦ ਕਿਰਪਾ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ। ਸਭ ਜਗ ਜਿਨਹੇ ਉਪਾਇਆ ਪਾਈ। ਸੱਚੇ ਪਾਤਸ਼ਾਹ ਜੀ ਕਹਿੰਦੇ ਹੇ ਭਾਈ, ਜਿਸ ਪਰਮਾਤਮਾ ਨੇ ਸਾਰੇ ਜਗਤ ਨੂੰ ਪੈਦਾ ਕੀਤਾ ਹੈ, ਉਹ ਸਰਬ ਕਲਾ ਸਮਰੱਥ ਹੈ। ਸਤਸੰਗਤ ਜੀ, ਜਿਸ ਨੇ 84 ਲੱਖ ਜੂਨਾਂ ਪੈਦਾ ਕੀਤੀਆਂ, ਧਰਤੀ ਪੈਦਾ ਕੀਤੀ, ਪਾਣੀ ਪੈਦਾ ਕੀਤਾ, ਪਹਾੜ ਪੈਦਾ ਕੀਤੇ, ਬਨਸਪਤੀ ਪੈਦਾ ਕੀਤੀ, ਇਹ ਸਾਰਾ ਕੁਛ ਸੱਚੇ ਪਾਤਸ਼ਾਹ ਜੀ ਕਹਿੰਦੇ ਉਸ ਪਰਮੇਸ਼ਰ ਨੇ ਪੈਦਾ ਕੀਤਾ ਹੈ। ਉਸ ਮਾਲਕ ਤੋਂ ਬਗੈਰ ਇਤਨੀ ਵੱਡੀ ਕਾਇਨਾਤ ਨੂੰ, ਇਤਨੇ ਵੱਡੇ ਸੰਸਾਰ ਨੂੰ ਹੋਰ ਕੌਣ ਪੈਦਾ ਕਰ ਸਕਦਾ ਹੈ? ਉਸ ਮਾਲਕ ਨੇ ਹੀ ਇਸ ਸੰਸਾਰ ਨੂੰ ਅਥਵਾ ਜੀਵਾਂ ਨੂੰ ਪੈਦਾ ਕੀਤਾ ਹੈ। ਕਰਨ ਕਾਰਨ ਸਮਰੱਥ। ਸੱਚੇ ਪਾਤਸ਼ਾਹ ਜੀ ਕਹਿੰਦੇ ਹੈ ਭਾਈ, ਉਹ ਸਾਰੇ ਕਾਰਨਾਂ ਦੇ ਕਰਨ ਨੂੰ ਸਮਰੱਥ ਹੈ। ਹੋ ਸਕਦਾ ਦੁਨੀਆਂ ਦੇ ਅੰਦਰ ਵੱਡੇ ਵੱਡੇ ਬਲਵਾਨ ਲੋਕ ਆਏ, ਸ਼ਕਤੀਸ਼ਾਲੀ ਆਏ, ਪਰ ਉਹ ਸਾਰੇ ਕਾਰਨ ਨਾ ਕਰ ਸਕੇ ਹੋਣ, ਕਿਉਂਕਿ ਕਿਸੇ ਕਵੀ ਦਾ ਜ਼ਿਕਰ ਹੈ ਵੀ ਧੰਦਾ ਕਿਸੇ ਨਾ ਸਾਧਿਆ, ਸਭ ਧੰਦੇ ਸਾਧੇ। ਸੰਸਾਰ ਦੇ ਸਾਰੇ ਕਾਰੋ ਵਿਹਾਰ ਕੋਈ ਪੂਰੇ ਨਹੀਂ ਕਰ ਸਕਦਾ ਤੇ ਨਾ ਹੀ ਕਿਸੇ ਨੇ ਕੀਤੇ। ਇੱਕੋ ਹੀ ਇੱਕ ਪਰਮੇਸ਼ਰ ਵਾਹਿਗੁਰੂ ਹੈ ਜੋ ਸਾਰੇ ਕਾਰਨਾਂ ਦੇ ਕਰਨ ਨੂੰ ਸਮਰੱਥ ਹੈ। ਇਤਨਾ ਉਹ ਸ਼ਕਤੀਸ਼ਾਲੀ ਹੈ ਕਿ ਕੋਈ ਵੀ ਕਾਰਜ, ਕੋਈ ਵੀ ਕੰਮ ਉਹਦੇ ਅੱਗੇ ਅੜਦਾ ਨਹੀਂ। ਜਿਹੜਾ ਵੀ ਕਾਰਜ ਕਰਨਾ ਚਾਹੁੰਦਾ ਹੈ ਉਹ ਸਮਰੱਥ ਵਾਹਿਗੁਰੂ ਉਹਨੂੰ ਪੂਰਿਆਂ ਕਰਦਾ ਹੈ। ਇਸੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਪਾਵਨ ਉਪਦੇਸ਼ ਦਿੱਤਾ ਹੈ, ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ। ਜਿਹੜਾ ਕੰਮ ਅਸੀਂ ਕਰਨਾ ਲੋੜਦੇ ਹਾਂ, ਚਾਹੁੰਦੇ ਹਾਂ, ਉਹ ਅਰਦਾਸ ਬੇਨਤੀ ਰਾਹੀਂ ਉਸ ਮਾਲਕ ਦੇ ਚਰਨਾਂ ਵਿੱਚ ਆਖੀਏ, ਬੇਨਤੀ ਕਰੀਏ, ਮਹਾਰਾਜ ਇਹ ਸਾਡਾ ਕਾਰਜ ਹੈ ਤੇ ਆਪ ਕਿਰਪਾ ਕਰਕੇ ਇਹ ਸਾਡਾ ਕਾਰਜ ਸਵਾਰੋ। ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ। ਸਤਿਗੁਰੂ ਦੀ ਸੱਚੀ ਸਾਖੀ ਹੈ, ਗਵਾਹੀ ਹੈ ਕਿ ਜਦੋਂ ਅਸੀਂ ਉਸ ਕਰਨ ਕਾਰਨ ਸਮਰੱਥ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ
ਅਰਦਾਸ ਕਰਕੇ ਕੋਈ ਵੀ ਕੰਮ ਆਰੰਭ ਕਰਦੇ ਹਾਂ ਤੇ ਉਹ ਪਰਮੇਸ਼ਰ ਕਾਰਜ ਸਵਾਰ ਦਿੰਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਹੈ ਭਾਈ ਉਹ ਸਾਰੇ ਕਾਰਨਾਂ ਦੇ ਕਰਨ ਨੂੰ ਸਮਰੱਥ ਹੈ ਜਿਸ ਪਰਮਾਤਮਾ ਨੇ ਸਾਰੇ ਜਗਤ ਨੂੰ ਸਾਰੇ ਜੀਵਾਂ ਨੂੰ ਸਾਰੇ ਸੰਸਾਰ ਨੂੰ ਪੈਦਾ ਕੀਤਾ ਹੈ। ਜੀਉ ਪਿੰਡ ਜਿਨ ਸਾਜਿਆ ਭਾਈ। ਸੱਚੇ ਪਾਤਸ਼ਾਹ ਜੀ ਕਹਿੰਦੇ ਹੈ ਭਾਈ ਜਿਸ ਪਰਮਾਤਮਾ ਨੇ ਪਹਿਲਾਂ ਜੀਉ ਜਿੰਦ ਨੂੰ ਸਾਜਣਾ ਕੀਤਾ ਤੇ ਫਿਰ ਪਿੰਡ ਦੀ ਸਾਜਣਾ ਕੀਤੀ ਹੈ ਅਥਵਾ ਸਰੀਰ ਨੂੰ ਸਾਜ ਕੇ ਤੇ ਪਰਮਾਤਮਾ ਨੇ ਇਸ ਸਰੀਰ ਦੇ ਅੰਦਰ ਜੀਉ ਜਿੰਦ ਨੂੰ ਟਿਕਾਇਆ ਹੈ। ਸਤਿਗੁਰਾਂ ਨੇ ਗੁਰਬਾਣੀ ਦੇ ਅੰਦਰ ਬਹੁਤ ਵਾਰ ਇਹ ਜ਼ਿਕਰ ਕੀਤਾ ਹੈ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ। ਜਿਸ ਪਰਮਾਤਮਾ ਨੇ ਸਰੀਰ ਦੀ ਸਾਜਣਾ ਕੀਤੀ ਹੈ ਸਰੀਰ ਨੂੰ ਇਹ ਚੇਤਨ ਸਤਾ ਬਖਸ਼ਿਸ਼ ਕੀਤੀ ਹੈ ਸਪੁਰਤੀ ਬਖਸ਼ਿਸ਼ ਕੀਤੀ ਹੈ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਪਰਮੇਸ਼ਰ ਸਾਰੇ ਕਾਰਨਾਂ ਦੇ ਕਰਨ ਨੂੰ ਸਮਰੱਥ ਹੈ। ਸਤਸੰਗਤ ਜੀ ਕਿਤਨਾ ਉਹ ਸਮਰੱਥ ਹੈ ਕਿਤਨਾ ਬਲਵਾਨ ਹੈ ਕਿਤਨਾ ਉਹ ਸ਼ਕਤੀਸ਼ਾਲੀ ਹੈ ਭਗਤਾਂ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ ਬਿੰਦ ਤੇ ਜਿਨ ਪਿੰਡ ਕੀ ਆ ਬਿੰਦ ਤੋਂ ਪਰਮਾਤਮਾ ਨੇ ਇਸ ਸਰੀਰ ਦੀ ਸਾਜਣਾ ਕੀਤੀ ਹੈ ਅਗਨ ਕੁੰਡ ਰਹਾਇਆ ਅੱਗ ਦੇ ਕੁੰਡ ਵਿੱਚ ਰੱਖ ਕੇ। ਵੈਸੇ ਆਪਾਂ ਕਈ ਵਾਰ ਵੇਖਦੇ ਹਾਂ ਜੇ ਆਪਾਂ ਪਾਣੀ ਅੱਗ ਤੇ ਰੱਖੀਏ ਤੇ ਉਹ ਪਾਣੀ ਸੜ ਜਾਂਦਾ ਹੈ ਤਵੇ ਦੇ ਉੱਤੇ ਕਿਤੇ ਪਾਣੀ ਦੀ ਬੂੰਦ ਪਾ ਦਈਏ ਤੇ ਸਤਸੰਗਤ ਜੀ ਉਹ ਪਾਣੀ ਦੀ ਬੂੰਦ ਇੱਕ ਖਿਣ ਵਿੱਚ ਹੀ ਸੜ ਜਾਂਦੀ ਹੈ ਪਰ ਉਹ ਪਰਮੇਸ਼ਰ ਕਿਤਨਾ ਸਮਰੱਥ ਹੈ ਉਹਨੇ ਇੱਕ ਪਾਣੀ ਦੀ ਬੂੰਦ ਨੂੰ ਅੱਗ ਦੇ ਕੁੰਡ ਵਿੱਚ 10 ਮਹੀਨੇ ਟਿਕਾ ਕੇ ਤੇ ਇਸ ਸਰੀਰ ਦੀ ਸਾਜਣਾ ਕੀਤੀ ਹੈ ਸਰੀਰ ਦੇ ਅੰਦਰ ਫਿਰ ਜਿੰਦ ਨੂੰ ਟਿਕਾਉਣਾ ਕੀਤਾ ਹੈ। ਦੇ ਕਰ ਆਪਣੀ ਵੱਥ। ਸੱਚੇ ਪਾਤਸ਼ਾਹ ਜੀ ਕਹਿੰਦੇ ਉਸ ਪਰਮਾਤਮਾ ਨੇ ਆਪਣੀ ਵੱਥ ਵਸਤੂ ਚੇਤਨ ਸਤਾ ਦੇ ਕਰਕੇ ਇਸ ਸਰੀਰ ਦੀ ਸਾਜਣਾ ਕੀਤੀ ਹੈ ਜਿੰਦ ਨੂੰ ਇਸ ਸਰੀਰ ਦੇ ਅੰਦਰ ਟਿਕਾਉਣਾ ਕੀਤਾ ਹੈ। ਮੂਰਤੀਆਂ ਤਾਂ ਬਹੁਤ ਲੋਕ ਬਣਾ ਲੈਂਦੇ ਨੇ ਪਰ ਉਹਨਾਂ ਨੂੰ ਸਤਸੰਗਤ ਜੀ ਉਹ ਚੇਤਨ ਸਤਾ ਨਹੀਂ ਦੇ ਸਕਦੇ। ਮੂਰਤੀਆਂ ਘੜਨ ਵਾਲੇ ਤਾਂ ਬਹੁਤ ਮੂਰਤੀਆਂ ਘੜਦੇ ਨੇ ਕੋਈ ਪੱਥਰਾਂ ਦੀ ਘੜਦੇ ਨੇ ਕੋਈ ਸੋਨੇ ਦੀ ਬਣਾਉਂਦੇ ਨੇ ਕੋਈ ਪਿੱਤਲ ਦੀ ਬਣਾਉਂਦੇ ਨੇ ਪਰ ਉਹਨਾਂ ਦੇ ਅੰਦਰ ਉਹ ਜਿੰਦ ਨਹੀਂ ਪਾ ਸਕਦੇ ਚੇਤਨ ਸਤਾ ਪੈਦਾ ਨਹੀਂ ਕਰ ਸਕਦੇ। ਹਾਂ ਉਹ ਵੇਖਣ ਵਾਸਤੇ ਤਾਂ ਮੂਰਤੀਆਂ ਹਨ ਪਰ ਉਹ ਤੁਰ ਫਿਰ ਨਹੀਂ ਸਕਦੀਆਂ ਬੋਲ ਨਹੀਂ ਸਕਦੀਆਂ। ਇਹ ਇੱਕ ਪਰਮੇਸ਼ਰ ਦੀ ਕਲਾ ਸੰਸਾਰ ਦੇ ਘੜਨਹਾਰਿਆਂ ਨਾਲੋਂ ਵੱਖਰੀ ਹੈ। ਪਰਮੇਸ਼ਰ ਜਿੱਥੇ ਸਰੀਰਾਂ ਦੀ ਘਾੜਤ ਘੜਦਾ ਹੈ ਉਹਦੇ ਵਿੱਚ ਜਿੰਦ ਪਾਉਂਦਾ ਹੈ ਚੇਤਨ ਸਤਾ ਬਖਸ਼ਿਸ਼ ਕਰਦਾ ਹੈ। ਜਿਸ ਚੇਤਨ ਸਤਾ ਦੇ ਨਾਲ ਇਹ ਸਰੀਰਾਂ ਰੂਪੀ ਮੂਰਤੀਆਂ ਚੱਲਦੀਆਂ ਫਿਰਦੀਆਂ ਨੇ
ਵੇਖਦੀਆਂ ਨੇ, ਬੋਲਦੀਆਂ ਨੇ, ਖਾਂਦੀਆਂ ਪੀਂਦੀਆਂ ਨੇ, ਸਾਰੇ ਕਾਰੋ ਵਿਹਾਰ ਕਰਦੀਆਂ ਨੇ। ਇਹ ਉਸ ਪਰਮੇਸ਼ਰ ਨੇ ਚੇਤਨ ਸਤਾ ਇਹਨਾਂ ਜੀਵਾਂ ਨੂੰ ਬਖਸ਼ਿਸ਼ ਕੀਤੀ ਹੈ। ਹਜ਼ੂਰ ਕਹਿੰਦੇ ਉਹ ਸਮਰੱਥ ਹੈ ਜਿਸ ਨੇ ਸਰੀਰ ਦੀ ਸਾਜਣਾ ਕਰਕੇ ਵਿੱਚ ਜਿੰਦ ਪਾਈ, ਫਿਰ ਚੇਤਨ ਸਤਾ ਬਖਸ਼ਿਸ਼ ਕੀਤੀ ਹੈ। ਕਿਨ ਕਹੀਐ ਕਿਉਂ ਦੇਖੀਐ ਭਾਈ, ਹੇ ਭਾਈ ਕਿਨ ਕਹੀਐ, ਉਸ ਪਰਮਾਤਮਾ ਨੂੰ ਕਥਨ ਕਿਵੇਂ ਕਰੀਏ ਤੇ ਉਹਦੇ ਦੀਦਾਰ ਕਿਵੇਂ ਕਰੀਏ। ਕਿਨ ਕਹੀਐ ਕਿਉਂ ਦੇਖੀਐ ਭਾਈ, ਉਹਨੂੰ ਕਿਵੇਂ ਕਥਨ ਕਰ ਸਕਦੇ ਹਾਂ। ਸਤਸੰਗ ਜੀ ਉਹ ਅਕਥ ਹੈ ਤੇ ਅਕਥ ਦਾ ਕਥਨ ਕਰਨਾ ਇੱਕ ਜ਼ਬਾਨ ਦੇ ਵੱਸ ਦੀ ਗੱਲ ਨਹੀਂ। ਸੰਸਾਰ ਦੇ ਅੰਦਰ ਅਰਬਾਂ ਖਰਬਾਂ ਜ਼ਬਾਨਾਂ ਵੀ ਉਹਨੂੰ ਚੇਤੇ ਕਰਨ ਲੱਗ ਪੈਣ ਤੇ ਤਾਂ ਵੀ ਸਤਸੰਗਤ ਜੀ ਉਹ ਕਥਨ ਨਹੀਂ ਕੀਤਾ ਜਾ ਸਕਦਾ। ਬੇਅੰਤ ਹੈ, ਕਿਨ ਕਹੀਐ, ਉਹਨੂੰ ਕਥਨ ਕਿਵੇਂ ਕਰੀਏ, ਕਿਉਂ ਦੇਖੀਏ, ਉਹਦਾ ਦਰਸ਼ਨ ਦੀਦਾਰ ਕਿਵੇਂ ਕਰੀਏ ਜੀ। ਕਰਤਾ ਏਕ ਅਕਥ, ਜੋ ਅਕਥ ਹੈ ਕਰਤਾ ਪੁਰਖ ਵਾਹਿਗੁਰੂ ਇੱਕ, ਉਹਨੂੰ ਕਥਨ ਨਹੀਂ ਕੀਤਾ ਜਾ ਸਕਦਾ। ਹਾਂ, ਗੁਰੂ ਸ਼ਬਦ ਨਾਲ ਜੁੜ ਕਰਕੇ ਅਸੀਂ ਉਹਦੀ ਉਪਮਾ ਕਰ ਸਕਦੇ ਹਾਂ। ਗੁਰੂ ਸ਼ਬਦ ਨਾਲ ਜੁੜ ਕਰਕੇ ਅਸੀਂ ਇਸ ਕਾਇਨਾਤ ਦੇ ਅੰਦਰ ਉਹਨੂੰ ਵੇਖ ਸਕਦੇ ਹਾਂ, ਪਰ ਉਹਨੂੰ ਕਥਨ ਕਰਨਾ, ਜੇ ਕੋਈ ਕਹਿ ਮੈਂ ਸਮੱਗਰ ਰੂਪ ਵਿੱਚ ਕਥਨ ਕਰ ਸਕਦਾ ਹਾਂ, ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਕੋ ਕਹੈ ਪਿੱਛੇ ਪੁਛਤਾਏ। ਜੇ ਕੋਈ ਕਹਿ ਵੀ ਬੈਠੇ ਨਾ ਵੀ ਮੈਂ ਕਥਨ ਕਰ ਸਕਦਾ ਹਾਂ, ਉਹਨੂੰ ਵੀ ਬਾਅਦ ਵਿੱਚ ਪਛਤਾਉਣਾ ਪੈਂਦਾ, ਕਿਉਂਕਿ ਕਥਨ ਨਹੀਂ ਹੋ ਸਕਦਾ, ਬਹੁਤ ਵਿਸ਼ਾਲ ਹੈ। ਜਦੋਂ ਦੀ ਪਰਮਾਤਮਾ ਨੇ ਇਹ ਸ੍ਰਿਸ਼ਟੀ ਸਾਜੀ, ਕਿਤਨੇ ਹੀ ਕਥਨ ਕਰਨ ਵਾਲੇ ਸੰਸਾਰ ਵਿੱਚ ਆਏ ਹੋਣਗੇ, ਕਥਨ ਕਰ ਕਰਕੇ ਸੰਸਾਰ ਤੋਂ ਤੁਰ ਗਏ, ਕਿਤਨੀ ਲੁਕਾਈ ਉਹਦਾ ਕਥਨ ਕਰ ਰਹੀ ਹੈ, ਆਉਣ ਵਾਲੇ ਸਮੇਂ ਵਿੱਚ ਕਿਤਨਿਆਂ ਨੇ ਉਹਦਾ ਕਥਨ ਕਰਨਾ ਹੈ, ਪਰ ਸਤਸੰਗਤ ਜੀ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹ ਅਕਥ ਹੈ ਤੇ ਜੋ ਅਕਥ ਹੈ ਉਹਨੂੰ ਕਥਨ ਕਰਨਾ ਬਹੁਤ ਮੁਸ਼ਕਲ ਹੈ। ਗੁਰ ਗੋਬਿੰਦ ਸਲਾਹੀਐ ਭਾਈ, ਸੱਚੇ ਪਾਤਸ਼ਾਹ ਜੀ ਕਹਿੰਦੇ ਹੇ ਭਾਈ, ਉਸ ਗੋਬਿੰਦ ਸਰੂਪ ਗੁਰੂ ਦੁਆਰਾ ਉਹਦੀ ਸਿਫਤ ਕਰੀਏ, ਉਹਦੀ ਸਲਾਹ ਕਰੀਏ, ਉਹਦਾ ਅੰਤ ਪਾਉਣ ਵਾਲੇ ਪਾਸੇ ਨਾ ਤੁਰੀਏ। ਜਿਵੇਂ ਮੱਛੀ ਸਮੁੰਦਰ ਦੇ ਵਿੱਚ ਤਾਰੀਆਂ ਮਾਰ ਕੇ ਆਨੰਦ ਮਾਣਦੀ ਹੈ, ਪੰਛੀ ਆਕਾਸ਼ ਵਿੱਚ ਉਡਾਰੀਆਂ ਮਾਰ ਕੇ ਆਨੰਦ ਮਾਣਦਾ ਹੈ, ਪਰ ਨਾ ਮੱਛੀ ਸਮੁੰਦਰ ਦਾ ਅੰਤ ਪਾ ਸਕਦੀ ਹੈ, ਨਾ ਪੰਛੀ ਆਕਾਸ਼ ਦਾ ਅੰਤ ਪਾ ਸਕਦਾ ਹੈ, ਆਨੰਦ ਮਾਣਿਆ ਜਾ ਸਕਦਾ ਹੈ। ਇਸੇ ਤਰ੍ਹਾਂ ਗੁਰੂ ਦੁਆਰਾ ਉਸ ਗੋਬਿੰਦ ਪਰਮਾਤਮਾ ਦੀ ਸਿਫਤ ਸਲਾਹ ਕਰਕੇ ਉਸ ਦੇ ਆਨੰਦ ਨੂੰ ਮਾਨਣਾ ਕਰੀਏ। ਜਿਸ ਤੇ ਜਾਪੈ ਤਥ, ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ, ਜਿਸ ਗੁਰੂ ਦੁਆਰਾ ਗੁਰੂ ਸ਼ਬਦ ਨਾਲ ਜੁੜਿਆ, ਪ੍ਰਭੂ ਦੀ ਸਿਫਤ ਸਲਾਹ ਕੀਤਿਆ, ਤਥ ਤਤ ਸਿਧਾਂਤ ਪਾਰ ਬ੍ਰਹਮ ਨੂੰ ਜਾਣਿਆ ਜਾਵੇ। ਮੇਰੇ ਮਨ ਜਪੀਐ ਹਰ
ਭਗਵੰਤਾ। ਸਤਿਗੁਰੂ ਜੀ ਕਹਿੰਦੇ ਹੇ ਮੇਰੇ ਮਨ, ਉਸ ਭਗਵੰਤ ਖੱਟ ਪੱਗਾਂ ਸੰਪੰਨ ਜੋ ਪਰਮੇਸ਼ਰ ਹੈ, ਹਰੀ ਵਾਹਿਗੁਰੂ, ਉਹਦਾ ਜਾਪ ਕਰ, ਉਹਨੂੰ ਜਪ। ਸਤਿਗੁਰੂ ਜੀ ਨੇ ਵੀ ਸਾਡੇ 'ਤੇ ਇਹ ਬਖਸ਼ਿਸ਼ ਕੀਤੀ ਹੈ, ਸਾਨੂੰ ਜਪ ਦੀ ਬਾਣੀ ਬਖਸ਼ਿਸ਼ ਕੀਤੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ, ਅੰਮ੍ਰਿਤ ਵੇਲੇ ਜਾਪ ਉਚਾਰਾ। ਅੰਮ੍ਰਿਤ ਵੇਲੇ ਸਾਨੂੰ ਸਤਿਗੁਰੂ ਜੀ ਨੇ ਜਪਜੀ ਸਾਹਿਬ ਜੀ ਦਾ ਪਾਠ ਉਚਾਰਨ ਦੀ ਹਦਾਇਤ ਕੀਤੀ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹੇ ਮੇਰੇ ਮਨ, ਉਸ ਹਰੀ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕਰ। ਨਾਮ ਦਾਨ ਦੇ ਜਨ ਆਪਣੇ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਪਰਮੇਸ਼ਰ ਆਪਣੇ ਸੇਵਕਾਂ ਨੂੰ ਨਾਮ ਦਾਨ ਬਖਸ਼ਿਸ਼ ਕਰਦਾ ਹੈ। ਦੁੱਖ ਦਰਦ ਕਾ ਹੰਤਾ। ਤੇ ਜਿਨ੍ਹਾਂ ਨੂੰ ਨਾਮ ਦਾਨ ਦੀ ਦਾਤ ਪ੍ਰਾਪਤ ਹੋ ਜਾਵੇ, ਉਹਨਾਂ ਦੇ ਦੁੱਖ, ਉਹਨਾਂ ਦੇ ਦਲਿੱਦਰ ਸਾਰੇ ਹੀ ਨਾਸ ਕਰ ਦਿੰਦਾ ਹੈ। ਦੁੱਖਾਂ ਦਲਿੱਦਰਾਂ ਨੂੰ ਨਾਸ ਕਰਨ ਵਾਲਾ ਹੈ ਪਰਮੇਸ਼ਰ ਦਾ ਨਾਮ। ਪਰ ਕਈ ਵਾਰ ਅਸੀਂ ਨਾਮ ਦੀ ਪ੍ਰਾਪਤੀ ਵਾਸਤੇ ਭਟਕਦੇ ਫਿਰਦੇ ਹਾਂ ਵੀ ਨਾਮ ਦਾਨ ਕਿੱਥੋਂ ਮਿਲੇਗਾ। ਕਈ ਵਾਰ ਅਸੀਂ ਇੱਧਰ ਉੱਧਰ ਵੀ ਜਾਂਦੇ ਹਾਂ ਕਿ ਕਿਤੇ ਉਹ ਨਾ ਕਿਤੇ ਉਹ ਸਾਨੂੰ ਨਾਮ ਦਾਨ ਪ੍ਰਾਪਤ ਹੋ ਜਾਵੇ। ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਅੰਦਰ ਜ਼ਿਕਰ ਕੀਤਾ ਵੀ ਜਦੋਂ ਤੂੰ ਮਾਤਾ ਦੇ ਉਦਰ ਵਿੱਚ ਸੀ ਨਾ, ਉਦੋਂ ਵੀ ਪਰਮੇਸ਼ਰ ਨੇ ਤੈਨੂੰ ਨਾਮ ਦਾਨ ਬਖਸ਼ਿਆ ਸੀ। ਕਦੇ ਯਾਦ ਕੀਤਾ, ਮਾਤ ਗਰਭ ਮਹਿ ਆਪਣ ਸਿਮਰਨ ਦੇ, ਮਾਤਾ ਦੇ ਪੇਟ ਵਿੱਚ ਵੀ ਉਸ ਪਰਮਾਤਮਾ ਨੇ ਆਪਣਾ ਸਿਮਰਨ ਦਿੱਤਾ ਸੀ, ਤੈਨੂੰ ਨਾਮ ਦਾਨ ਦਿੱਤਾ ਸੀ। ਉਦੋਂ ਤੂੰ ਕਿਸੇ ਡੇਰੇ ਤੋਂ ਥੋੜਾ ਪ੍ਰਾਪਤ ਕੀਤਾ ਸੀ। ਤੇ ਉਸ ਬਚਨਾਂ ਨੂੰ ਤੂੰ ਵਿਸਾਰ ਕੇ ਭੁਲਾ ਕੇ ਅੱਜ ਕਿਉਂ ਭਟਕਦਾ ਫਿਰਦਾ? ਅੱਜ ਵੀ ਤੂੰ ਉਹਦੇ 'ਤੇ ਨਿਸ਼ਚਾ ਰੱਖ, ਉਹਦੇ 'ਤੇ ਭਰੋਸਾ ਰੱਖ, ਉਹ ਤੇਰੇ 'ਤੇ ਬਖਸ਼ਿਸ਼ ਕਰੇਗਾ। ਆਪਣੇ ਸੇਵਕਾਂ ਨੂੰ ਨਾਮ ਦਾਨ ਦੀ ਦਾਤ ਬਖਸ਼ਿਸ਼ ਕਰਦਾ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਰਹਿਮਤ ਕੀਤੀ, ਪੰਜਾਂ ਪਿਆਰਿਆਂ ਦੁਆਰਾ ਜਿਨ੍ਹਾਂ 'ਤੇ ਹਜ਼ੂਰ ਬਖਸ਼ਿਸ਼ ਕਰਦੇ ਨੇ ਨਾ, ਉਹਨਾਂ ਨੂੰ ਪੰਜਾਂ ਪਿਆਰਿਆਂ ਦੁਆਰਾ ਸਾਧ ਸੰਗਤ ਜੀ ਨਾਮ ਦਾਨ ਦੀ ਪ੍ਰਾਪਤੀ ਹੁੰਦੀ ਹੈ। ਹੁਣ ਜੇ ਇੱਕ ਅੰਮ੍ਰਿਤਧਾਰੀ ਵੀ ਉੱਠ ਕੇ ਡੇਰਿਆਂ ਵੱਲੇ ਤੁਰਿਆ ਫਿਰੇ ਵੀ ਮੈਂ ਨਾਮ ਦਾਨ ਲੈਣ ਵਾਸਤੇ ਜਾਣਾ, ਤਾਂ ਕਿੱਡੀ ਵੱਡੀ ਮੂਰਖਤਾ ਹੀ ਉਹਦੀ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਪੰਜਾਂ ਗੁਰਸਿੱਖਾਂ ਦੁਆਰਾ, ਪੰਜਾਂ ਪਿਆਰਿਆਂ ਦੁਆਰਾ ਉਹਨੂੰ ਨਾਮ ਦਾਨ ਦੀ ਦਾਤ ਦਿੱਤੀ ਹੈ। ਉਹ ਹੁਣ ਕਮਾਈ ਕਰਨ ਦੀ ਬਜਾਏ ਜੇ ਬਾਹਰ ਭਟਕਦਾ ਫਿਰੇ ਤਾਂ ਫਿਰ ਮਾੜੇ ਭਾਗ ਨੇ ਨਾ। ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਸਮਰੱਥ ਹੈ ਆਪਣੇ ਸੇਵਕਾਂ ਨੂੰ ਨਾਮ ਦਾਨ ਦਿੰਦਾ ਹੈ, ਤੇ ਆਪਣੇ ਸੇਵਕਾਂ ਦੇ ਦੁੱਖ ਦਲਿੱਦਰ ਸਾਰੇ ਹੀ ਨਾਸ ਕਰ ਦਿੰਦਾ ਹੈ। ਰਹਾਓ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਜਾ ਕੇ ਘਰ ਸਭ ਕਿਛ ਹੈ ਭਾਈ। ਹੇ ਭਾਈ, ਉਸ ਪਰਮਾਤਮਾ ਦੇ ਘਰ ਵਿੱਚ ਸਭ ਕੁਛ ਹੈ। ਉਹਦੇ ਘਰ ਵਿੱਚ ਕਿਸੇ ਵੀ ਚੀਜ਼ ਦੀ ਕੋਈ ਥੋੜ ਨਹੀਂ। ਅਸੀਂ ਰੋਜ਼ ਵੀ ਪੜ੍ਹਦੇ ਹਾਂ ਸਾਚੇ ਸਾਹਿਬ ਕਿਆ ਨਾ ਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਹੇ ਮਾਲਕ, ਤੇਰੇ ਘਰ ਵਿੱਚ ਕੀ ਨਹੀਂ, ਤੇਰੇ ਘਰ ਵਿੱਚ ਤਾਂ ਸਭ ਕੁਛ ਹੈ। ਪਰ ਜਿਨ੍ਹਾਂ ਨੂੰ ਮੰਗਣ ਦੀ ਜਾਚ ਆ ਜਾਵੇ ਸਤਸੰਗਤ ਜੀ, ਉਹ ਫਿਰ ਪ੍ਰਾਪਤ ਕਰ ਲੈਂਦੇ ਨੇ, ਪਰਮੇਸ਼ਰ ਉਹਨਾਂ ਦੀ ਝੋਲੀ ਭਰ ਦਿੰਦਾ ਹੈ।
ਹਜ਼ੂਰ ਕਹਿੰਦੇ ਨੇ ਹੇ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਘਰ ਵਿੱਚ ਸਭ ਕੁਛ ਹੈ। ਨੌ ਨਿਧ ਭਰੇ ਭੰਡਾਰ, ਨੌ ਨਿਧੀਆਂ ਨੌ ਪ੍ਰਕਾਰ ਦੇ ਖਜ਼ਾਨੇ ਉਸ ਮਾਲਕ ਦੇ ਘਰ ਵਿੱਚ ਨੇ, ਉਹਦੇ ਭੰਡਾਰੇ ਭਰੇ ਹੋਏ ਨੇ, ਅਗਣਤ ਭਰੇ ਭੰਡਾਰ। ਇੱਕ ਦੀ ਗੱਲ ਨਹੀਂ ਕੀਤੀ ਸੱਚੇ ਪਾਤਸ਼ਾਹ ਜੀ ਕਹਿੰਦੇ ਅਣਗਿਣਤ ਹੀ ਭੰਡਾਰੇ ਭਰੇ ਹੋਏ ਨੇ। ਦੁਨੀਆਂ ਦੇ ਭੰਡਾਰੇ ਖਾਲੀ ਹੋ ਜਾਂਦੇ ਨੇ ਪਰ ਸਤਸੰਗਤ ਜੀ ਉਸ ਮਾਲਕ ਦੇ ਭੰਡਾਰੇ ਖਾਲੀ ਨਹੀਂ ਹੁੰਦੇ, ਉਹਦੇ ਭੰਡਾਰੇ ਸਦਾ ਹੀ ਭਰੇ ਰਹਿੰਦੇ ਹਨ। ਤਿਸ ਕੀ ਕੀਮਤ ਨਾ ਪਵੇ ਭਾਈ, ਹੇ ਭਾਈ ਉਸ ਪਰਮਾਤਮਾ ਦੇ ਖਜ਼ਾਨਿਆਂ ਦੀ, ਉਸ ਪਰਮਾਤਮਾ ਦੇ ਭੰਡਾਰਿਆਂ ਦੀ ਤੇ ਉਸ ਮਾਲਕ ਦੀ ਕੋਈ ਕੀਮਤ ਨਹੀਂ ਪਾ ਸਕਦਾ। ਉੱਚਾ ਅਗਮ ਅਪਾਰ, ਉਹ ਪਰਮੇਸ਼ਰ ਸਾਰਿਆਂ ਤੋਂ ਉੱਚਾ ਹੈ, ਗਮਤਾ ਤੋਂ ਰਹਿਤ ਹੈ, ਪਾਰਾਵਾਰ ਤੋਂ ਰਹਿਤ ਹੈ। ਜੀ ਜੰਤ ਪ੍ਰਤਪਾਲ ਦਾ ਭਾਈ, ਹੇ ਭਾਈ ਉਹ ਸਾਰੇ ਜੀਵ ਜੰਤੂਆਂ ਦੀ ਪ੍ਰਤਪਾਲਣਾ ਕਰਦਾ ਹੈ, ਨਿਤ ਨਿਤ ਕਰਦਾ ਸਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨਿਤ ਨਿਤ ਰੋਜ਼ਾਨਾ ਹੀ ਉਹਨਾਂ ਦੀ ਸੰਭਾਲ ਕਰਦਾ ਹੈ। ਕਿਤਨਾ ਫਿਕਰ ਹੈ ਪਰਮੇਸ਼ਰ ਨੂੰ, ਅਰਬਾਂ ਖਰਬਾਂ ਦੇ ਵਿੱਚ ਦੁਨੀਆ ਸਾਜੀ ਉਹਨੇ, ਜੀਵ ਸਾਜੇ ਹੋਏ ਨੇ ਤੇ ਸਤਸੰਗਤ ਜੀ ਸਾਰਿਆਂ ਦੀ ਪਾਲਣਾ ਕਰਦਾ ਹੈ, ਨਿਤ ਨਿਤ ਕਰਦਾ ਹੈ, ਰੋਜ਼ਾਨਾ ਰੋਜ਼ਾਨਾ ਸਾਰਿਆਂ ਦੀ ਸੰਭਾਲ ਕਰਦਾ ਹੈ, ਸਾਰਿਆਂ ਦੀ ਸਾਰ ਲੈਂਦਾ ਹੈ। ਸਤਿਗੁਰ ਪੂਰਾ ਭੇਟੀਐ ਭਾਈ, ਹੇ ਭਾਈ ਪੂਰੇ ਸਤਿਗੁਰੂ ਨਾਲ ਮਿਲਾਪ ਕਰੀਏ, ਸ਼ਬਦ ਮਿਲਾਵਨ ਹਾਰ, ਪੂਰਾ ਗੁਰੂ ਹੀ ਸ਼ਬਦ ਬ੍ਰਹਮ ਦੇ ਨਾਲ ਮਿਲਾਉਣ ਵਾਲਾ ਹੈ। ਸੱਚੇ ਚਰਨ ਸਰੇਵੀਐ ਭਾਈ, ਹੇ ਭਾਈ ਉਹ ਸੱਚੇ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਸ਼ਬਦ ਰੂਪੀ ਚਰਨਾਂ ਨੂੰ ਸੇਵਨਾ ਕਰੀਏ। ਭ੍ਰਮ ਭਉ ਹੋਵੈ ਨਾਸ, ਤੇ ਫਿਰ ਕੀ ਹੋਵੇਗਾ। ਹਜ਼ੂਰ ਕਹਿੰਦੇ ਨੇ ਪੰਜ ਪ੍ਰਕਾਰ ਦਾ ਭਰਮ ਤੇ ਸੱਤ ਪ੍ਰਕਾਰ ਦਾ ਡਰ ਜਿਹੜਾ ਇਹ ਨਾਸ ਹੋ ਜਾਵੇਗਾ। ਮਿਲ ਸੰਤ ਸਭਾ ਮਨ ਮਾਂਝੀਐ ਭਾਈ, ਹੇ ਭਾਈ ਸੰਤ ਸਭਾ ਵਿੱਚ ਮਿਲ ਕਰਕੇ ਗੁਰੂ ਸ਼ਬਦ ਨਾਲ ਜੁੜ ਕੇ ਆਪਣੇ ਮਨ ਨੂੰ ਮਾਂਜਣਾ ਕਰੀਏ। ਹਰ ਕੈ ਨਾਮ ਨਿਵਾਸ, ਜਦੋਂ ਸਾਡਾ ਮਨ ਮਾਂਜਿਆ ਗਿਆ, ਮਨ ਸਾਫ਼ ਹੋ ਗਿਆ, ਇਹਦਾ ਜੰਗਾਲ ਲੱਥ ਗਿਆ ਵਿਕਾਰਾਂ ਦਾ, ਹਰ ਕੈ ਨਾਮ ਨਿਵਾਸ। ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਇਹ ਮਨ ਦਾ ਨਾਮ ਵਿੱਚ ਨਿਵਾਸ ਹੋਵੇਗਾ ਤੇ ਪਰਮੇਸ਼ਰ ਦੇ ਨਾਮ ਦਾ ਮਨ ਵਿੱਚ ਨਿਵਾਸ ਹੋ ਜਾਵੇਗਾ। ਹਰ ਹਰ ਜਨ ਦੂਈ ਏਕ ਹੈ, ਬਿਬ ਵਿਚਾਰ ਕਛ ਨਾ ਹੈ। ਜਿਵੇਂ ਪਾਣੀ ਤੋਂ ਉੱਠੀਆਂ ਲਹਿਰਾਂ ਤੇ ਪਾਣੀ ਦੇ ਵਿੱਚ ਕੋਈ ਅੰਤਰ ਨਹੀਂ, ਇੱਕੋ ਰੂਪ ਨੇ, ਇਸੇ ਤਰ੍ਹਾਂ ਹਰੀ ਪਰਮੇਸ਼ਰ ਤੇ ਪਰਮੇਸ਼ਰ ਦੇ ਜਨ ਇੱਕੋ ਰੂਪ ਹਨ। ਸਤਿਗੁਰੂ ਜੀ ਕਹਿੰਦੇ ਜਦੋਂ ਅਸੀਂ ਸੰਤ ਸਭਾ ਨਾਲ ਮਿਲ ਕੇ, ਪਰਮੇਸ਼ਰ ਦੇ ਪਿਆਰਿਆਂ ਨਾਲ ਮਿਲ ਕੇ, ਜਿਹੜੇ ਗੁਰੂ ਸ਼ਬਦ ਦੇ ਅਭਿਆਸੀ ਨੇ ਉਹਨਾਂ ਨਾਲ ਮਿਲ ਕੇ, ਸਤਸੰਗੀਆਂ ਨਾਲ ਮਿਲ ਕੇ ਗੁਰੂ ਸ਼ਬਦ ਦੁਆਰਾ ਮਨ ਨੂੰ ਮਾਂਜਾਂਗੇ, ਵਿਕਾਰਾਂ ਦਾ ਜੰਗਾਲ ਲੱਥ ਜਾਵੇਗਾ, ਮਨ ਸਾਫ਼ ਹੋ ਜਾਵੇਗਾ, ਮਨ ਅੰਦਰ ਪਰਮੇਸ਼ਰ ਦੇ ਨਾਮ ਦਾ ਨਿਵਾਸ ਹੋਵੇਗਾ। ਮਿਟੈ ਅੰਧੇਰਾ ਅਗਿਆਨਤਾ ਭਾਈ, ਸੱਚੇ ਪਾਤਸ਼ਾਹ ਜੀ ਕਹਿੰਦੇ ਹੇ ਭਾਈ ਫਿਰ ਅਗਿਆਨਤਾ ਦਾ ਹਨੇਰਾ ਮਿਟ ਜਾਵੇਗਾ। ਕਮਲ ਹੋਵੇ ਪ੍ਰਗਾਸ, ਅਤੇ ਹਿਰਦੇ ਰੂਪੀ ਕਮਲ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਵੇਗਾ। ਜਿਵੇਂ ਸੂਰਜ ਚੜ੍ਹਦਾ ਹੈ ਤੇ ਸਾਰਾ ਅੰਧਿਆਰਾ ਦੂਰ ਹੋ ਜਾਂਦਾ ਹੈ, ਇਸੇ ਤਰ੍ਹਾਂ ਜਦੋਂ ਹਿਰਦੇ ਕੌਲ ਦੇ ਅੰਦਰ ਗਿਆਨ ਦਾ ਦੀਵਾ ਜਗਦਾ ਹੈ ਤੇ ਸਤਸੰਗਤ ਜੀ ਫਿਰ ਅਗਿਆਨਤਾ ਦਾ ਹਨੇਰਾ ਸਾਰਾ ਹੀ ਮਿਟ ਜਾਂਦਾ ਹੈ। ਗੁਰ ਬਚਨੀ ਸੁਖ ਉਪਜੈ ਭਾਈ, ਹੇ ਭਾਈ ਗੁਰੂ ਦੇ ਉਪਦੇਸ਼ ਦੁਆਰਾ ਹੀ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ। ਸਭ ਫਲ ਸਤਿਗੁਰ ਪਾਸ, ਸਾਰੇ ਹੀ ਫਲ ਸਤਿਗੁਰੂ ਦੇ ਪਾਸ ਹਨ। ਜਿਤੜੇ ਫਲ ਮਨ ਬੰਛੀ ਹੈ
ਤਿੱਤੜੇ ਸਤਿਗੁਰ ਪਾਸ ਜਿੰਨੇ ਵੀ ਅਸੀਂ ਚਾਹੁੰਦੇ ਹਾਂ ਨਾ ਕਿ ਮੈਨੂੰ ਆਹ ਵੀ ਮਿਲ ਜਾਵੇ ਆਹ ਵੀ ਮਿਲ ਜਾਵੇ ਹਜ਼ੂਰ ਕਹਿੰਦੇ ਉਹ ਸਾਰੇ ਫਲ ਗੁਰੂ ਦੇ ਕੋਲ ਨੇ ਅਤੇ ਜਦੋਂ ਆਪਾਂ ਗੁਰੂ ਨਾਲ ਜੁੜਾਂਗੇ ਗੁਰੂ ਸ਼ਬਦ ਦਾ ਅਭਿਆਸ ਕਰਾਂਗੇ ਫਿਰ ਉਹ ਸਾਰੇ ਫਲ ਸਾਨੂੰ ਪ੍ਰਾਪਤ ਹੋਣਗੇ ਮੇਰਾ ਤੇਰਾ ਛੋਡੀਐ ਭਾਈ ਹੇ ਭਾਈ ਮੇਰਾ ਤੇਰਾ ਮੈਂ ਮੇਰੀ ਦਾ ਤਿਆਗ ਕਰੀਏ ਹੋਈਐ ਸਭ ਕੀ ਧੂਰ ਅਤੇ ਸਾਰਿਆਂ ਦੀ ਧੂੜੀ ਹੋਣਾ ਕਰੀਏ ਘੱਟ ਘੱਟ ਬ੍ਰਹਮ ਪਸਾਰਿਆ ਭਾਈ ਹੇ ਭਾਈ ਉਹ ਬ੍ਰਹਮ ਪਰਮਾਤਮਾ ਸਾਰੇ ਘਟਾਂ ਘਟਾਂ ਦੇ ਵਿੱਚ ਸਾਰੇ ਸਰੀਰਾਂ ਦੇ ਵਿੱਚ ਪਸਰਿਆ ਹੋਇਆ ਹੈ ਦੇਖੈ ਸੁਣੈ ਹਜ਼ੂਰ ਉਹ ਸਾਰਿਆਂ ਦੇ ਨਿਕਟ ਵਸਦਾ ਹੈ ਸਾਰਿਆਂ ਦੇ ਕਰਤੱਬਾਂ ਨੂੰ ਵੇਖਦਾ ਹੈ ਸਾਰਿਆਂ ਦੇ ਕੰਮ ਵੇਖਦਾ ਹੈ ਅਤੇ ਸਾਰਿਆਂ ਦੀਆਂ ਉਹ ਗੱਲਾਂ ਵੀ ਸੁਣਦਾ ਹੈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਅਸੀਂ ਉਹਦੇ ਤੋਂ ਮੁੱਕਰ ਨਹੀਂ ਸਕਦੇ ਸਦ ਸੁਣਦਾ ਸਦ ਵੇਖਦਾ ਕਿਉਂ ਮੁੱਕਰ ਪਾਇਆ ਜਾਏ ਉਹਦੇ ਸਦਾ ਹੀ ਸਾਡੇ ਕੰਮਾਂ ਨੂੰ ਵੇਖ ਰਿਹਾ ਹੈ ਜੇ ਕੋਈ ਚੋਰੀ ਕਰਦਾ ਹੈ ਤਾਂ ਉਹਦੇ ਤੋਂ ਛੁਪਾ ਨਹੀਂ ਸਕਦੇ ਜੇ ਕੋਈ ਮਾੜੇ ਕਰਮ ਕਰਦਾ ਹੈ ਤਾਂ ਸਾਧ ਸੰਗਤ ਜੀ ਉਹ ਸਾਡੇ ਕਰਮਾਂ ਨੂੰ ਵੇਖਦਾ ਹੈ ਇੱਥੇ ਬਸ ਨਹੀਂ ਭਗਤ ਰਵਿਦਾਸ ਜੀ ਨੇ ਤੇ ਜ਼ਿਕਰ ਕੀਤਾ ਹੈ ਕਿ ਸਾਡੇ ਜੀਵਨ ਦੀ ਇੱਕ ਨਾਲ ਨਾਲ ਸੋ ਫਿਲਮ ਬਣ ਰਹੀ ਹੈ ਫਿਲਮ ਤੇ ਜਦੋਂ ਜੀਵ ਸਰੀਰ ਤਿਆਗਦਾ ਹੈ ਨਾ ਫਿਰ ਇਹਨੂੰ ਉਹ ਫਿਲਮ ਵਿਖਾਈ ਜਾਂਦੀ ਹੈ ਭਗਤ ਜੀ ਨੇ ਜ਼ਿਕਰ ਕੀਤਾ ਜੋਈ ਜੋਈ ਕੀਨੋ ਸੋਈ ਸੋਈ ਦੇਖਿਓ ਜੋ ਜੋ ਕੁਛ ਇਹਨੇ ਕੀਤਾ ਸੀ ਨਾ ਹੱਥਾਂ ਪੈਰਾਂ ਸਰੀਰ ਕਰਕੇ ਮਨ ਕਰਕੇ ਕੰਨਾਂ ਕਰਕੇ ਸਾਰਾ ਕੁਛ ਇਹਦੇ ਸਾਹਮਣੇ ਵਿਖਾ ਦਿੱਤਾ ਵੀ ਆਹ ਵੇਖ ਲੈ ਅਤੇ ਹੁਣ ਜਦੋਂ ਸਭ ਕੁਛ ਸਾਹਮਣੇ ਵਿਖਾਇਆ ਜਾਵੇ ਤਾਂ ਕਿਵੇਂ ਬੰਦਾ ਮੁੱਕਰ ਜਾਵੇਗਾ ਜੀ ਨਹੀਂ ਮੁੱਕਰ ਸਕਦਾ ਜਦੋਂ ਸੱਚੀ ਸਾਖੀ ਸੱਚੀ ਗਵਾਹੀ ਸਾਹਮਣੇ ਹੋਵੇ ਫਿਰ ਕਿਵੇਂ ਮੁੱਕਰੇਗਾ ਅਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਪਰਮੇਸ਼ਰ ਸਦਾ ਹੀ ਸਾਡੇ ਕੀਤੇ ਹੋਏ ਕਰਤੱਬਾਂ ਨੂੰ ਵੇਖਦਾ ਹੈ ਸਦਾ ਹੀ ਸਾਡੇ ਵਿਚਾਰਾਂ ਨੂੰ ਸੁਣਦਾ ਹੈ ਸਦਾ ਹੀ ਸਾਡੇ ਨਿਕਟ ਵਰਤੀ ਹੈ ਕਦੇ ਵੀ ਉਹ ਸਾਡੇ ਤੋਂ ਦੂਰ ਨਹੀਂ ਹੁੰਦਾ ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ ਹੇ ਭਾਈ ਜਿਸ ਦਿਨ ਪਾਰ ਬ੍ਰਹਮ ਪਰਮੇਸ਼ਰ ਵਿਸਰ ਜਾਵੇ ਤਿਤ ਦਿਨ ਮਰੀਐ ਝੂਰ ਉਸ ਦਿਨ ਝੂਰ ਝੂਰ ਕੇ ਮਰੀਦਾ ਹੈ ਕਰਨ ਕਰਾਵਨ ਸਮਰੱਥੋ ਭਾਈ ਹੇ ਭਾਈ ਉਹ ਪਰਮੇਸ਼ਰ ਸਾਰੇ ਕਾਰਨਾਂ ਦੇ ਕਰਨ ਨੂੰ ਸਮਰੱਥ ਹੈ ਸਰਵ ਕਲਾ ਭਰਪੂਰ ਉਹ ਸਾਰੀਆਂ ਸ਼ਕਤੀਆਂ ਸੰਪੰਨ ਹੈ ਐਸੀ ਕੋਈ ਤਾਕਤ ਨਹੀਂ ਜਿਹੜੀ ਉਹਦੇ ਤੋਂ ਪਾਸੇ ਹੋਵੇਗੀ ਸਾਰੀਆਂ ਤਾਕਤਾਂ ਸਾਰੀਆਂ ਸ਼ਕਤੀਆਂ ਉਹਦੇ ਹੱਥ ਵਿੱਚ ਨੇ ਉਹ ਇਤਨਾ ਸ਼ਕਤੀਸ਼ਾਲੀ ਹੈ ਸਰਬ ਕਲਾ ਭਰਪੂਰ ਉਹ ਸਰਬ ਕਲਾ ਸਮਰੱਥ ਹੈ ਤੇ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ ਪ੍ਰੇਮ ਪਦਾਰਥ ਨਾਮ ਹੈ ਭਾਈ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਪ੍ਰੇਮ ਪਦਾਰਥ ਨਾਮ ਪ੍ਰਸਿੱਧ ਹੈ ਮਾਇਆ ਮੋਹ ਵਿਨਾਸ਼ ਮਾਇਆ ਦੇ ਮੋਹ ਨੂੰ ਨਾਸ਼ ਕਰਨ ਵਾਸਤੇ ਪ੍ਰੇਮ ਪਦਾਰਥ ਜਿਹੜਾ ਹੈ ਇਹਦੀ ਲੋੜ ਹੈ ਜਦੋਂ ਪ੍ਰੇਮ ਪਦਾਰਥ ਆਵੇਗਾ ਮਾਇਆ ਦਾ ਮੋਹ ਨਿਵਿਰਤ ਹੋਵੇਗਾ ਪਰ ਕਈ ਵਾਰ ਅਸੀਂ ਪ੍ਰੇਮ ਮਾਇਆ ਕਰਕੇ ਹੀ ਕਰਦੇ ਹਾਂ ਜੀਵਾਂ ਦੇ ਨਾਲ ਇੱਕ ਦੂਜੇ ਨਾਲ ਜਿਹਦੇ ਕੋਲ ਬਹੁਤੀ ਹੋਵਿਆ ਨੇ ਵੀ ਇਹ ਹੁਣ ਮੇਰਾ ਮਿੱਤਰ ਬਣ ਜਾਵੇ ਮੇਰੀ ਇਹਦੇ ਨਾਲ ਦੋਸਤੀ ਬਣ ਜਾਵੇ ਅਸੀਂ ਉਹਦੇ ਨਾਲ ਪ੍ਰੇਮ ਪਾ ਲੈਂਦੇ ਹਾਂ ਪਰ ਜਦੋਂ ਉਹਦੇ ਕੋਲੋਂ ਵੀ ਚਲੇ ਜਾਂਦੀ ਹੈ ਫਿਰ ਅਸੀਂ ਉਹਦਾ ਵੀ ਸਾਥ ਛੱਡ ਜਾਂਦੇ ਹਾਂ ਪ੍ਰੇਮ ਪਦਾਰਥ ਨਾਮ ਹੈ ਭਾਈ ਹੇ ਭਾਈ ਪਰਮੇਸ਼ਰ ਦਾ ਨਾਮ ਹੀ ਪ੍ਰੇਮ ਪਦਾਰਥ ਹੈ ਜੋ ਮਾਇਆ ਦੇ ਮੋਹ ਨੂੰ ਨਾਸ਼ ਕਰਨ ਵਾਲਾ ਹੈ ਤਿਸ ਭਾਵੈ ਤਾਂ ਮੇਲ ਲਏ ਭਾਈ ਜੇ ਵਾਹਿਗੁਰੂ ਪਰਮੇਸ਼ਰ ਨੂੰ ਭਾਈ ਭਾ ਜਾਵੇ ਤੇ ਉਹ ਆਪਣੇ ਨਾਲ ਮਿਲਾ ਲੈਂਦਾ ਹੈ ਹਿਰਦੈ ਨਾਮ ਨਿਵਾਸ ਹਿਰਦੇ ਵਿੱਚ ਨਾਮ ਦਾ ਨਿਵਾਸ ਕਰਕੇ ਆਪਣੇ ਨਾਲ
ਇਸ ਜੀਵ ਨੂੰ ਇੱਕ ਮਿਕ ਕਰ ਲੈਂਦਾ ਹੈ। ਗੁਰਮੁਖ ਕਮਲ ਪ੍ਰਗਾਸੀਐ ਭਾਈ, ਹੇ ਭਾਈ ਗੁਰੂ ਦੀ ਰਾਹੀਂ ਇਸ ਜੀਵ ਦਾ ਹਿਰਦਾ ਕੌਲ ਪ੍ਰਗਾਸ ਦਾ ਖਿੜਦਾ ਹੈ। ਹਿਰਦੈ ਹੋਵੇ ਪ੍ਰਗਾਸ, ਫਿਰ ਇਹਦੇ ਹਿਰਦੇ ਵਿੱਚ ਵੀ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ, ਹੇ ਭਾਈ ਪ੍ਰਭੂ ਦਾ ਪ੍ਰਤਾਪ ਸਾਰੇ ਹੀ ਪ੍ਰਗਟ ਹੈ। ਪ੍ਰਭੂ ਦੇ ਪ੍ਰਤਾਪ ਅੱਗੇ ਸਾਰੀ ਲੁਕਾਈ ਸਾਰੀ ਕਾਇਨਾਤ ਸਿਰ ਝੁਕਾਉਂਦੀ ਹੈ, ਕਿਉਂਕਿ ਉਹਦੇ ਪ੍ਰਤਾਪ ਅੱਗੇ ਸਾਧ ਸੰਗਤ ਜੀ ਕੋਈ ਵੀ ਆਕੜ ਨਹੀਂ ਸਕਦਾ। ਉਹ ਇਤਨਾ ਵੱਡਾ ਹੈ, ਇਤਨਾ ਅਗੰਮੀ ਤਾਕਤਾਂ ਦਾ ਮਾਲਕ ਹੈ ਕਿ ਹਰੇਕ ਨੂੰ ਉਹਦੇ ਅੱਗੇ ਝੁਕਣਾ ਪੈਂਦਾ ਹੈ। ਤੇ ਹਜ਼ੂਰ ਕਹਿੰਦੇ ਭਾਈ ਉਹਦਾ ਪ੍ਰਤਾਪ ਸਾਰੇ ਹੀ ਪ੍ਰਗਟ ਹੋ ਰਿਹਾ ਹੈ। ਮੌਲਿਆ ਧਰਤ ਆਕਾਸ਼, ਉਹਦੇ ਪ੍ਰਤਾਪ ਕਰਕੇ ਧਰਤੀ ਤੇ ਆਕਾਸ਼ ਜਿਹੜੇ ਇਹ ਵੀ ਖੜਾਵਟ ਵਿੱਚ ਹਨ, ਮੌਲੇ ਹੋਏ ਨੇ। ਗੁਰਪੂਰੈ ਸੰਤੋਖਿਆ ਭਾਈ, ਪੂਰੇ ਗੁਰੂ ਨੇ ਕਿਰਪਾ ਕਰਕੇ ਜਿਨ੍ਹਾਂ ਜੀਵਾਂ ਨੂੰ ਸੰਤੋਖ ਦੀ ਦਾਤ ਦਿੱਤੀ ਹੈ ਭਾਈ। ਇਹ ਨਿਸ ਲਾਗਾ ਭਾਓ, ਸੱਚੇ ਪਾਤਸ਼ਾਹ ਜੀ ਕਹਿੰਦੇ ਦਿਨੇ ਰਾਤ ਉਹਨਾਂ ਦਾ ਪਰਮੇਸ਼ਰ ਨਾਲ ਭਾਉ ਪ੍ਰੇਮ ਲੱਗਾ ਹੈ। ਰਸਨਾ ਰਾਮ ਰਵੈ ਸਦਾ ਭਾਈ, ਹੇ ਭਾਈ ਸਦਾ ਹੀ ਉਹਨਾਂ ਦੀ ਰਸਨਾ ਪਰਮੇਸ਼ਰ ਦੇ ਨਾਮ ਦਾ ਉਚਾਰਨ ਕਰਦੀ ਰਹਿੰਦੀ ਹੈ। ਸਾਚਾ ਸਾਧ ਸੁਆਉ, ਸੱਚੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸੁਆਉ ਸਵਾਦ ਚੱਖਦੀ ਹੈ। ਕਰਨੀ ਸੁਣ ਸੁਣ ਜੀਵਿਆ ਭਾਈ, ਹਜ਼ੂਰ ਕਹਿੰਦੇ ਹੇ ਭਾਈ ਕੰਨਾਂ ਨਾਲ ਸੁਣ ਸੁਣ ਕੇ ਉਹਨਾਂ ਨੇ ਇੱਕ ਜੀਵਨ ਪ੍ਰਾਪਤ ਕਰ ਲਿਆ। ਨਿਹਚਲ ਪਾਇਆ ਥਾਓ, ਅਤੇ ਅਚਲ ਪਦਵੀ ਅਚਲ ਥਾਂ ਨੂੰ ਪ੍ਰਾਪਤ ਕਰ ਲਿਆ ਹੈ ਕੰਨਾਂ ਨਾਲ ਸੁਣ ਸੁਣ ਕੇ। ਜਿਸ ਪ੍ਰਤੀਤ ਨਾ ਆਵਈ ਭਾਈ, ਹੇ ਭਾਈ ਜਿਨ੍ਹਾਂ ਨੂੰ ਗੁਰੂ ਤੇ ਭਰੋਸਾ ਨਹੀਂ ਆਉਂਦਾ, ਸੋ ਜੀਅੜਾ ਜਲ ਜਾਓ। ਹਜ਼ੂਰ ਕਹਿੰਦੇ ਭਾਈ ਉਹ ਜੀਵ ਜਲ ਜਾਣ ਸੜ ਜਾਣ ਜਿਨ੍ਹਾਂ ਦਾ ਗੁਰੂ ਤੇ ਭਰੋਸਾ ਨਹੀਂ ਬੱਝਦਾ, ਜਿਨ੍ਹਾਂ ਦਾ ਗੁਰੂ ਤੇ ਤਵੱਕੋ ਨਹੀਂ ਕਿ ਗੁਰੂ ਸਮਰੱਥ ਹੈ। ਉਹ ਸਮਝਦੇ ਨੇ ਵੀ ਗੁਰੂ ਸਾਡੇ ਨਾਲੋਂ ਵੀ ਨੀਵਾਂ। ਐਸੇ ਲੋਕ ਜਿਹੜੇ ਨੇ ਨਾ, ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਭਰੋਸਾ ਨਹੀਂ ਪ੍ਰਤੀਤ ਨਹੀਂ, ਉਹ ਜੀਵ ਸੜ ਜਾਣ। ਬਹੁ ਗੁਣ ਮੇਰੇ ਸਾਹਿਬੈ ਭਾਈ, ਹੇ ਭਾਈ ਮੇਰੇ ਮਾਲਕ ਦੇ ਬਹੁਤ ਗੁਣ ਹਨ। ਹਉ ਤਿਸ ਕੈ ਬਲ ਜਾਓ, ਮੈਂ ਆਪਣੇ ਮਾਲਕ ਤੋਂ ਵਾਰਨੇ ਫੇਰਨੇ ਕੁਰਬਾਨ ਜਾਂਦਾ ਹਾਂ। ਉਹ ਨਿਰਗੁਣਿਆਰੇ ਪਾਲਦਾ ਭਾਈ, ਹੇ ਭਾਈ ਉਹ ਤਾਂ ਨਿਰਗੁਣਿਆਰਿਆਂ ਨੂੰ ਪਾਲਦਾ ਹੈ ਜਿਨ੍ਹਾਂ ਵਿੱਚ ਕੋਈ ਗੁਣ ਨਹੀਂ, ਉਹਨਾਂ ਦੀ ਵੀ ਉਹ ਪਰਮੇਸ਼ਰ ਪਾਲਣਾ ਕਰਦਾ ਹੈ ਜਿਨ੍ਹਾਂ ਦੇ ਵਿੱਚ ਕੋਈ ਗੁਣ ਨਹੀਂ, ਜਿਨ੍ਹਾਂ ਨੇ ਕਦੀ ਪਰਮੇਸ਼ਰ ਨੂੰ ਯਾਦ ਨਹੀਂ ਕੀਤਾ ਉਹਨਾਂ ਦੀ ਵੀ ਪਾਲਣਾ ਕਰਦਾ ਹੈ। ਦੀਨ ਦਇਆਲ ਦਇਆ ਨਿਧ, ਦੋਖਣ ਦੇਖਤ ਹੈ ਪਰ ਦੇਤ ਨਾ ਹਾਰੇ, ਸਾਡੇ ਗੁਨਾਹ ਤੱਕਦਾ ਵੀ ਹੈ ਪਰ ਇਤਨਾ ਦਿਆਲੂ ਹੈ ਕਿ ਉਹ ਸਾਨੂੰ ਰਿਜਕ ਦੇਣ ਤੋਂ ਪਿੱਛੇ ਨਹੀਂ ਹਟਦਾ, ਰਿਜਕ ਦੇ ਹੀ ਜਾਂਦਾ ਹੈ। ਜਿਨ੍ਹਾਂ ਦੇ ਵਿੱਚ ਕੋਈ ਵੀ ਗੁਣ ਨਹੀਂ, ਕੋਈ ਕਾਰ ਨਹੀਂ ਕਰ ਸਕਦੇ, ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਵੀ ਉਹ ਪਾਲਦਾ ਹੈ। ਨਿਥਾਵੇ ਥਾਓ, ਜਿਹੜੇ ਨਿਥਾਵੇ ਹਨ ਉਹਨਾਂ ਨੂੰ ਥਾਂ ਦਿੰਦਾ ਹੈ। ਰਿਜਕ ਸੰਭਾਹੇ ਸਾਸ ਸਾਸ ਭਾਈ, ਹੇ ਭਾਈ ਸਾਹ ਸਾਹ ਦੇ ਨਾਲ ਸਾਰੇ ਜੀਵਾਂ ਨੂੰ ਰਿਜਕ ਪਹੁੰਚਾਉਂਦਾ ਹੈ, ਸਾਰਿਆਂ ਨੂੰ ਸਿਰ ਬਸਿਰ ਰਿਜਕ ਦਿੰਦਾ ਹੈ, ਸਾਰਿਆਂ ਦੀ ਸੰਭਾਲ ਕਰਦਾ ਹੈ ਔਰ ਸਾਰਿਆਂ ਦੀ ਸਾਰ ਲੈਂਦਾ ਹੈ। ਬੁੜਾ ਜਾਂ ਕਾ ਨਾਉ, ਜਿਸ ਪਰਮਾਤਮਾ ਦਾ ਨਾਮ ਗੂੜਾ ਭਾਵ, ਗੂੜਾ ਨਾਮ ਪ੍ਰੇਮ ਦਾ ਹੈ, ਜਿਸ ਪਰਮਾਤਮਾ ਦਾ ਨਾਮ ਪ੍ਰੇਮ ਹੈ, ਸਤਸੰਗ ਜੀ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ,
ਜਿਨ੍ਹਾਂ ਨੇ ਪਰਮਾਤਮਾ ਦੇ ਸਾਜੇ ਹੋਏ ਜੀਵਾਂ ਨਾਲ ਪ੍ਰੇਮ ਕੀਤਾ, ਪ੍ਰਭੂ ਨਾਲ ਪ੍ਰੇਮ ਕੀਤਾ, ਗੁਰੂ ਕੇ ਸ਼ਬਦ ਨਾਲ ਪ੍ਰੇਮ ਕੀਤਾ, ਉਹਨਾਂ ਨੂੰ ਹੀ ਉਸ ਮਾਲਕ ਦੀ ਪ੍ਰਾਪਤੀ ਹੁੰਦੀ ਹੈ। ਗੂੜਾ ਜਾਕਾ ਨਾਉ, ਉਸ ਪਰਮਾਤਮਾ ਦਾ ਨਾਮ ਗੂੜਾ ਭਾਵ ਗਾੜਾ ਹੈ, ਪ੍ਰੇਮ ਹੈ। ਜਿਸ ਗੁਰ ਸਾਚਾ ਭੇਟੀ ਹੈ ਭਾਈ, ਹੇ ਭਾਈ ਜਿਨ੍ਹਾਂ ਨੂੰ ਸੱਚਾ ਗੁਰੂ ਪ੍ਰਾਪਤ ਹੋ ਗਿਆ, ਪੂਰਾ ਤਿਸ ਕਰਮਾਓ, ਉਹਨਾਂ ਦੇ ਚੰਗੇ ਕਰਮ ਹਨ, ਉਹਨਾਂ ਦੇ ਪੂਰੇ ਕਰਮ ਹਨ, ਉਹਨਾਂ ਦੇ ਚੰਗੇ ਭਾਗ ਹਨ ਜਿਨ੍ਹਾਂ ਨੂੰ ਪੂਰਾ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਾਪਤ ਹੋਇਆ ਹੈ। ਤਿਸ ਬਿਨ ਘੜੀ ਨਾ ਜੀਵੀਆ ਭਾਈ, ਹੇ ਭਾਈ ਐਸੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਰਗੁਣ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗੈਰ ਇੱਕ ਘੜੀ ਵੀ ਜੀਵਿਆ ਨਹੀਂ ਜਾਂਦਾ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਚਾਰ ਪਹਿਰ ਚੌ ਜੁਗਹਿ ਸਮਾਨੇ, ਰਹਿਣ ਭਈ ਤਵੰਤ ਨਾ ਜਾਣੇ। ਜਦੋਂ ਐਸੇ ਗੁਰੂ ਦਾ ਮਿਲਾਪ ਹੋ ਜਾਂਦਾ ਹੈ ਪੂਰੇ ਭਾਗਾਂ ਵਾਲਿਆਂ ਨੂੰ, ਤੇ ਫਿਰ ਉਹ ਇੱਕ ਘੜੀ ਵੀ ਗੁਰੂ ਤੋਂ ਬਗੈਰ ਰਹਿ ਨਹੀਂ ਸਕਦੇ। ਸਰਬ ਕਲਾ ਭਰਪੂਰ, ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਅਕਾਲ ਪੁਰਖ ਵਾਹਿਗੁਰੂ ਸਾਰੀਆਂ ਸ਼ਕਤੀਆਂ ਸੰਪੰਨ ਹੈ। ਸਾਸ ਗਿਰਾਸ ਨਾ ਵਿਸਰੈ ਭਾਈ, ਹੇ ਭਾਈ ਉਹ ਪਰਮੇਸ਼ਰ ਸਾਨੂੰ ਸਾਹ ਲੈਂਦਿਆਂ ਅਤੇ ਗਰਾਸ ਭੋਜਨ ਛਕਦਿਆਂ ਵਿਸਰੇ ਨਾ, ਭੁੱਲੇ ਨਾ। ਦੇਖੋ ਸਦਾ ਹਜੂਰ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੁਲਤਾਨਪੁਰ ਦੀ ਪਾਵਨ ਧਰਤੀ ਤੇ ਜਦੋਂ ਬੇਬੇ ਨਾਨਕੀ ਨੇ ਯਾਦ ਕੀਤਾ ਆਏ, ਤੇ ਭਾਈ ਬਾਲੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਕਹਿਣ ਲੱਗਾ ਮਹਾਰਾਜ ਜੇ ਹੁਕਮ ਹੋਵੇ ਤੇ ਮੈਂ ਨਗਰ ਜਾਵਾਂ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਜਾ ਆਓ। ਨਾਲ ਹਜ਼ੂਰ ਨੇ ਪੁੱਛਿਆ, ਬਾਲੇ ਕੋਈ ਵਸਤੂ ਚਾਹੀਦੀ ਹੈ ਤੇ ਦੱਸੋ। ਤੇ ਹੱਥ ਜੋੜ ਕੇ ਭਾਈ ਬਾਲੇ ਨੇ ਬੇਨਤੀ ਕੀਤੀ, ਕਹਿਣ ਲੱਗਾ ਮਹਾਰਾਜ ਜੇ ਤ੍ਰਿਠੇ ਹੋ, ਜੇ ਪ੍ਰਸੰਨਤਾ ਦੇ ਘਰ ਵਿੱਚ ਆਏ ਹੋ ਨਾ, ਤੇ ਫਿਰ ਇਹੀ ਕਿਰਪਾ ਕਰਿਓ ਵੀ ਪਰਮੇਸ਼ਰ ਦਾ ਨਾਮ ਨਾ ਵਿਸਰੇ, ਪ੍ਰਭੂ ਨਾ ਵਿਸਰੇ, ਪ੍ਰਭੂ ਨਾ ਭੁੱਲੇ ਮਹਾਰਾਜ। ਕਿਉਂਕਿ ਦੁਨੀਆਂ ਦੇ ਲੋਕ ਤੁਹਾਨੂੰ ਕੋਈ ਕਰਾਈਆ ਕਹਿੰਦਾ ਹੈ, ਕੋਈ ਬੇਤਾਲਾ ਕਹਿੰਦਾ ਹੈ, ਕੋਈ ਭੂਤਨਾ ਕਹਿੰਦਾ ਹੈ, ਕੋਈ ਕੁਛ ਕਹਿੰਦਾ ਹੈ, ਕੋਈ ਕੁਛ ਕਹਿੰਦਾ ਹੈ। ਇੱਕ ਹੋਰ ਕਿਰਪਾ ਕਰਿਓ ਮਹਾਰਾਜ, ਇਹਨਾਂ ਨਿੰਦਕ ਲੋਕਾਂ ਦੀ ਨਿੰਦਾ ਸੁਣ ਕੇ ਤੇ ਮੇਰਾ ਮਨ ਤੁਹਾਡੇ ਤੋਂ ਪਿੱਛੇ ਨਾ ਹਟੇ, ਇਹ ਮੇਰੇ 'ਤੇ ਬਖਸ਼ਿਸ਼ ਕਰਿਓ। ਸਤਸੰਗਤ ਜੀ, ਧੰਨ ਸੀ ਉਹ ਗੁਰੂ ਕਾ ਸਿੱਖ ਭਾਈ ਬਾਲਾ ਜਿਹਨੇ ਹਜ਼ੂਰ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਨਾਮ ਨਾ ਵਿਸਰੇ, ਮੈਂ ਪਿੰਡ ਵੀ ਜਾਵਾਂ ਤੇ ਮੈਨੂੰ ਨਾਮ ਨਾ ਭੁੱਲੇ ਮਹਾਰਾਜ, ਨਾਮ ਦੇ ਨਾਲ ਜੁੜਿਆ ਰਹਾਂ। ਸਾਸ ਗਰਾਸ ਨਾ ਵਿਸਰੈ ਭਾਈ, ਹੇ ਭਾਈ ਸਾਹ ਲੈਂਦਿਆਂ ਗਰਾਸ ਭੋਜਨ ਛਕਦਿਆਂ ਵੀ ਉਹ ਪਰਮੇਸ਼ਰ ਨਾ ਵਿਸਰੇ, ਭੁੱਲੇ ਨਾ। ਪੇਖੋ ਸਦਾ ਹਜ਼ੂਰ, ਮੈਂ ਸਦਾ ਹੀ ਉਹਨੂੰ ਆਪਣੇ ਨਿਕਟ ਵੇਖਦਾ ਰਹਾ। ਸਾਧੂ ਸੰਗ ਮਿਲਾਇਆ ਭਾਈ, ਸੱਚੇ ਪਾਤਸ਼ਾਹ ਜੀ ਕਹਿੰਦੇ ਹੇ ਭਾਈ ਸਾਧੂਆਂ ਦੇ ਸੰਗ ਕਰਕੇ, ਗੁਰਸਾਧੂ ਦੀ ਸੰਗਤ ਕਰਕੇ, ਗੁਰੂ ਕੀ ਸੰਗਤ ਕਰਕੇ, ਗੁਰੂ ਕੀ ਸੰਗਤ ਨੇ ਸਾਨੂੰ ਉਸ ਮਾਲਕ ਨਾਲ ਮਿਲਾਇਆ ਹੈ। ਸਰਬ ਰਹਿਆ ਭਰਪੂਰ, ਉਹ ਪਰਮੇਸ਼ਰ ਸਾਰੇ ਹੀ ਭਰਪੂਰ ਹੋ ਰਿਹਾ ਹੈ, ਸਾਰੇ ਮਿਲਿਆ ਹੋਇਆ ਹੈ। ਜਿੰਨਾ ਪ੍ਰੀਤ ਨਾ ਲੱਗੀ ਆ ਭਾਈ, ਜਿਨ੍ਹਾਂ ਦੀ ਭਾਈ ਉਸ ਮਾਲਕ ਨਾਲ ਪ੍ਰੀਤ ਨਹੀਂ ਲੱਗੀ, ਸੇ ਨਿਤ ਨਿਤ ਮਰਦੇ ਝੂਰ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਨਿਤਾ ਪ੍ਰਤੀ ਝੂਰ ਝੂਰ ਕੇ ਮਰਦੇ ਹਨ। ਅੰਚਲ ਲਾਏ ਤਰਾਇਆ ਭਾਈ, ਹੇ ਭਾਈ ਗੁਰੂ ਸਾਹਿਬ ਜੀ ਨੇ, ਪਰਮੇਸ਼ਰ ਨੇ
ਕਿਰਪਾ ਕਰਕੇ ਆਪਣੇ ਪੱਲੇ ਲਾ ਕੇ ਸਾਨੂੰ ਸੰਸਾਰ ਤੋਂ ਤਾਰ ਲਿਆ ਹੈ। ਭਾਉ ਜਲ ਦੁੱਖ ਸੰਸਾਰ, ਇਹ ਜਿਹੜਾ ਸੰਸਾਰ ਹੈ ਨਾ, ਇਸ ਨੂੰ ਭਾਉ ਜਲ ਕਿਹਾ ਜਾਂਦਾ ਹੈ। ਭਾਉ ਨਾਮ ਡਰਦਾ ਹੈ ਜੀ, ਇਹਦੇ ਵਿੱਚ ਭਾਉ ਦਾ ਪਾਣੀ ਹੈ, ਇਹਦੇ ਵਿੱਚ ਦੁੱਖ ਹਨ, ਇਹ ਸੰਸਿਆਂ ਦਾ ਆਰ ਵੈਰੀ ਹੈ। ਸੰਸਾਰ ਸੰਸਿਆਂ ਦਾ ਵੈਰੀ ਹੈ, ਇਹਦੇ ਵਿੱਚ ਸੰਸੇ ਉਤਪੰਨ ਹੁੰਦੇ ਨੇ, ਕਈ ਤਰ੍ਹਾਂ ਦੇ ਮਨ ਦੇ ਵਲਵਲੇ ਪੈਦਾ ਹੁੰਦੇ ਨੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਆਪਣੇ ਪੱਲੇ ਲਾ ਕੇ ਸਾਨੂੰ ਇਹ ਭਾਏਦਾਇਕ ਸੰਸਾਰ ਸਮੁੰਦਰ ਤੋਂ, ਦੁੱਖਾਂ ਤੋਂ, ਸੰਸਿਆਂ ਤੋਂ ਬਚਾ ਲਿਆ ਹੈ, ਪਾਰ ਕੀਤਾ ਹੈ। ਕਰ ਕਿਰਪਾ ਨਦਰ ਨਿਹਾਲਿਆ ਭਾਈ, ਹੇ ਭਾਈ ਕਿਰਪਾ ਕਰਕੇ ਉਸ ਮਾਲਕ ਨੇ ਸਾਡੇ ਤੇ ਕਿਰਪਾ ਦ੍ਰਿਸ਼ਟੀ ਕੀਤੀ ਹੈ। ਤੋਨ ਅੰਗ ਅਪਾਰ, ਵਾਹਿਗੁਰੂ ਨੇ ਆਪ ਕਿਰਪਾ ਕਰਕੇ ਸਾਡਾ ਪੱਖ ਕੀਤਾ ਹੈ। ਮਨ ਤਨ ਸੀਤਲ ਹੋਇਆ ਭਾਈ, ਹੇ ਭਾਈ ਜਦੋਂ ਉਸ ਮਾਲਕ ਨੇ ਸਾਡਾ ਪੱਖ ਕੀਤਾ, ਸਾਡੇ ਤੇ ਕਿਰਪਾ ਦ੍ਰਿਸ਼ਟੀ ਕੀਤੀ ਤੇ ਸਾਡਾ ਮਨ ਤੇ ਤਨ ਸੀਤਲ ਹੋ ਗਿਆ, ਸ਼ਾਂਤ ਹੋ ਗਿਆ, ਠੰਡਾ ਹੋ ਗਿਆ। ਭੋਜਨ ਨਾਮ ਆਧਾਰ, ਨਾਮ ਰੂਪੀ ਭੋਜਨ ਦਾ ਹੀ ਹੁਣ ਸਾਨੂੰ ਆਸਰਾ ਹੈ। ਨਾਨਕ ਤਿਸ ਸਰਨਾਗਤੀ ਭਾਈ, ਹੇ ਭਾਈ ਜਿਹੜੇ ਉਹਦੀ ਸ਼ਰਨ ਵਿੱਚ ਆ ਜਾਂਦੇ ਹਨ। ਜੇ ਕਿਲ ਵਿਖ ਕਾਟਨ ਹਾਰ, ਜੇ ਜਿਹੜਾ ਸਾਰੇ ਕਿਲ ਵਿਖ ਪਾਪਾਂ ਨੂੰ ਕੱਟਣ ਵਾਲਾ ਹੈ ਪਰਮੇਸ਼ਰ ਵਾਹਿਗੁਰੂ, ਜਿਹੜੇ ਉਹਦੀ ਸ਼ਰਨ ਵਿੱਚ ਆ ਜਾਂਦੇ ਨੇ ਉਹਨਾਂ ਨੂੰ ਨਾਮ ਦਾ ਭੋਜਨ ਬਖਸ਼ਿਸ਼ ਕਰਦਾ ਹੈ, ਉਹਨਾਂ ਦੇ ਮਨ ਤੇ ਤਨ ਨੂੰ ਸ਼ਾਂਤੀ ਦਿੰਦਾ ਹੈ, ਆਪਣੇ ਪੱਲੇ ਲਾ ਕਰਕੇ ਵਿਕਾਰਾਂ ਵੱਲੋਂ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ। ਇਹ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਸ੍ਰੀ ਮੁੱਖ ਵਾਕ ਰਾਹੀਂ ਸਮੁੱਚੀ ਲੁਕਾਈ ਨੂੰ, ਸਮੁੱਚੇ ਸਿੱਖ ਜਗਤ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਮਰਹਮਤ ਕਰਨ ਸਮਰੱਥ ਹੈ, ਸਮਰੱਥ ਨਾਲ ਜੁੜੀਏ ਤੇ ਉਹ ਸਾਡੀ ਵੀ ਬਾਂਹ ਫੜੇਗਾ, ਸਾਨੂੰ ਵੀ ਇਸ ਭਾਏਦਾਇਕ ਸੰਸਾਰ ਸਮੁੰਦਰ ਤੋਂ ਪਾਰ ਕਰੇਗਾ। ਸਤਿਗੁਰੂ ਜੀ ਦਾ, ਆਪ ਸਮੁੱਚੀਆਂ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਮਨ ਤਨ ਸੀਤਲ ਹੋਇਆ ਭਾਈ, ਭੋਜਨ ਨਾਮ ਆਧਾਰ, ਨਾਨਕ ਤਿਸ ਸਰਨਾਗਤੀ ਭਾਈ, ਜੇ ਕਿਲ ਵਿਖ ਕਾਟਨ ਹਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਥਾਂ